ਸਤਿਗੁਰਾਂ ਦੀ ਬਖਸ਼ੀ ਫਤਿਹ ਪ੍ਰਵਾਨ ਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਘਰ ਪ੍ਰਾਹੁਣੇ ਆਏ ਹੁਣ ਅਤੇ ਬੱਚੇ ਚਾਰ ਚੁਫੇਰੇ ਘੁੰਮਦੇ ਨੇ ਕਿ ਅੱਜ ਬੜਾ ਕੁਝ ਬਣਿਆ ਹੋਇਆ ਅਤੇ ਸਾਨੂੰ ਖਾਣ ਨੂੰ ਮਿਲੇਗਾ, ਅਤੇ ਜੇ ਪ੍ਰਾਹੁਣੇ ਜ਼ਿਆਦਾ ਹੋਣ ਤਾਂ ਫਿਰ ਥੋੜ੍ਹਾ ਬਚਦਾ ਘੱਟ ਹੈ। ਬੱਚੇ ਦੇਖਦੇ ਰਹਿੰਦੇ ਨੇ, ਸਾਡੀ ਵਾਰੀ ਦੀ ਆਈ ਕੋਈ ਨਹੀਂ। ਇਸ ਤਰ੍ਹਾਂ ਹੁਣ ਪ੍ਰਾਹੁਣੇ ਆਏ ਸੀਗੇ, ਨਾ ਕਿਸੇ ਨੂੰ ਕਰ ਨਹੀਂ ਸਕਦੇ ਤੇ ਆਪਣੇ ਵਾਸਤੇ ਤਾਂ ਹੁਣ ਇਹੋ ਹੀ ਰਹਿ ਗਿਆ। ਇੱਕ ਸ਼ਬਦ ਦੀ ਹਾਜ਼ਰੀ, ਬੀਬੀ ਹਰਿੰਦਰ ਕੌਰ ਸਾਡੇ ਪਿੰਡ ਜੀ ਨਾਲ ਬੈਠੇ ਨੇ, ਉਹਨਾਂ ਨੂੰ ਵੀ ਕਿਹਾ ਕਿ ਸਾਡੇ ਨਾਲ ਹੀ ਆ ਜਾਓ। ਹੁਣ ਢਾਡੀ ਜੱਥਾ ਆਇਆ, ਉਹਨਾਂ ਨੂੰ ਵੀ ਕਿਹਾ ਸਾਡੇ ਨਾਲ ਹੀ ਬੈਠ ਜਾਓ ਹੁਣ, ਕਿਉਂਕਿ ਸਤਿ ਸ੍ਰੀ ਅਕਾਲ। ਸਾਰੇ ਰਲ ਮਿਲ ਕੇ ਹੁਣ ਸ਼ਬਦ ਇੱਕ ਪੜ੍ਹ ਕੇ ਅਰਦਾਸ ਵਿੱਚ ਹਾਜ਼ਰੀ ਲਗਵਾਈਏ। ਔਰ ਵਿਚਾਰ ਕਰ ਰਹੇ ਸੀ ਕਿ ਸਤਿਗੁਰ ਨੇ ਜੇ ਅਗਲੇ ਸਾਲ ਵੀ ਸੇਵਾ ਦਿੱਤੀ ਤੇ ਇੱਕ ਦਿਨ ਪਹਿਲਾਂ ਵਿਦਿਆਰਥੀਆਂ ਦਾ ਕੀਰਤਨ ਦਰਬਾਰ ਹੋ ਜਾਏ ਤਾਂ ਕਿ ਵਿਦਿਆਰਥੀ ਵੀ ਸਾਰੇ ਖੁੱਲ੍ਹ ਕੇ ਗਾਉਣ, ਅਤੇ ਅਗਲੇ ਦਿਨ ਜਿਵੇਂ ਅੱਜ ਦਾ ਦਿਨ ਹੈ ਇਹ ਦਿਨ ਫਿਰ ਸਾਰੇ ਰਾਗੀ ਜਥੇ ਕੀਰਤਨ ਕਰਨ, ਤਾਂ ਕਿ ਸਮੇਂ ਦੇ ਨਾਲ ਆਪਾਂ ਸਮਾਪਤੀ ਕਰ ਸਕੀਏ। ਜਿਨ੍ਹਾਂ ਨੇ ਦੂਰ ਜਾਣਾ ਉਹ ਵੀ ਸਮੇਂ ਨਾਲ ਆਪਣੇ ਆਪਣੇ ਘਰਾਂ ਨੂੰ ਜਾ ਸਕਣ। ਜੇ ਸਤਿਗੁਰ ਨੇ ਸੇਵਾ ਬਖਸ਼ੀ, ਅਸੀਸ ਦੇਣਾ, ਦੇਵੇ ਉਹ ਸੇਵਾ, ਅਗਲੇ ਸਾਲ ਫਿਰ ਆਪਾਂ ਇਸੇ ਤਰ੍ਹਾਂ ਕਰਾਂਗੇ। ਵਿਦਿਆਰਥੀਆਂ ਦਾ ਟਾਈਮ ਵੀ ਨਾ ਕੱਟਣਾ ਪਵੇ ਕਿ ਛੋਟੇ ਸ਼ਬਦ ਪੜ੍ਹੋ, ਘੱਟ ਟਾਈਮ ਵਿੱਚ ਇੱਕ ਦਿਨ ਪੂਰਾ ਲਹਾ ਉਹ ਲੈਣ ਅਤੇ ਅਗਲੇ ਦਿਨ ਸਾਰੇ ਫਿਰ ਰਾਗੀ ਜਥੇ ਪ੍ਰਚਾਰ ਕਰ ਕੇ ਆਪ ਜੀ ਦੀ ਸੇਵਾ ਕਰਨ। ਔਰ ਇੱਕ ਬੇਨਤੀ ਹੈ ਕਿ ਮਠਿਆਈਆਂ ਦਾ ਪ੍ਰਸ਼ਾਦ ਵੀ ਬਹੁਤ ਹੈ, ਲੰਗਰ ਵੀ ਬਹੁਤ ਹੈ। ਸੰਤ ਬਾਬਾ ਲਾਭ ਸਿੰਘ ਜੀ ਕਿਲ੍ਹਾ ਆਨੰਦਗੜ੍ਹ ਵਾਲਿਆਂ ਵੱਲੋਂ ਜੋ ਗੁਰੂ ਕੇ ਲੰਗਰ ਚੱਲ ਰਹੇ ਨੇ, ਸਮਾਪਤੀ ਤੋਂ ਬਾਅਦ ਮਠਿਆਈਆਂ ਜੋ ਵੀ ਲੰਗਰ ਨੇ ਆਪ ਜੀ ਘਰ ਵੀ ਆਪਣੇ ਨਾਲ ਲੈ ਕੇ ਜਾਣਾ। ਜਿੱਥੇ ਆਤਿਸ਼ਬਾਜ਼ੀ ਹੋਣੀ ਹੈ ਉੱਥੇ ਨਾਲ ਹੀ ਲੰਗਰ ਹੈ, ਸ਼ੀਸ਼ ਮਹਿਲ ਦੇ ਪਿਛਲੇ ਪਾਸੇ। ਅਤੇ ਹੁਣ ਆਪਾਂ ਇੱਕ ਸ਼ਬਦ ਪੜ੍ਹਾਂਗੇ, ਗੁਰ ਜੈਸਾ ਨਾ ਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ। ਬਹੁਤ ਨੇ ਸਾਰੇ ਹੀ ਚੰਗੇ, ਕੋਈ ਮਾੜਾ ਨਹੀਂ, ਕਦੇ ਕਿਸੇ ਨੂੰ ਮਾੜਾ ਕਹਿਣਾ ਵੀ ਨਹੀਂ ਚਾਹੀਦਾ, ਪਰ ਇਹ ਵੀ ਸੱਚ ਹੈ ਸਾਡੇ ਗੁਰੂ ਨਾਨਕ ਵਰਗਾ ਕੋਈ ਨਹੀਂ, ਅਤੇ ਗੁਰੂ ਨਾਨਕ ਦਾ ਹੀ ਸਤਵਾਂ ਰੂਪ ਹਨ। ਧੰਨ ਗੁਰੂ ਹਰਿ ਰਾਏ ਸਾਹਿਬ, ਗੁਰੂ ਹਰਿ ਰਾਏ ਸਾਹਿਬ ਵਰਗਾ ਵੀ ਕੋਈ ਨਹੀਂ ਹੈਗਾ, ਅਤੇ ਜਿਹਦੇ ਮੱਥੇ ਦੇ ਵੱਡੇ ਭਾਗ ਹੋਣ ਉਹੀ ਐਸੇ ਗੁਰੂ ਦੀ ਸੇਵਾ ਕਰਦਾ ਹੈ। ਅੱਜ ਇਹ ਪੰਜਵਾਂ ਸਾਲਾਨਾ ਅੰਮ੍ਰਿਤ ਵਰਖਾ ਕੀਰਤਨ ਦਰਬਾਰ ਹੋ ਰਿਹਾ, ਸੰਗਤਾਂ ਨੂੰ ਕਰੇ ਫਿਰ ਯਾਦ ਕਰਾ ਦਈਏ ਕਿ ਕੀਰਤਨ ਦੇ ਨਾਲ ਨਾਲ ਜੋ ਸੇਵਾਵਾਂ ਕਰਦੇ ਹਾਂ ਆਪ, ਸੰਗਤਾਂ ਦੀ ਦਿੱਤੀ ਹੋਈ ਮਾਇਆ ਔਰ ਗੁਰੂ ਦੀ ਕਿਰਪਾ ਨਾਲ ਹਰ ਸਾਲ ਗਰੀਬ ਲੜਕੀਆਂ ਦੇ ਵਿਆਹ ਅਕਤੂਬਰ ਦੇ ਮਹੀਨੇ, ਇੱਕ ਬੱਚੀ ਦੇ ਵਿਆਹ 'ਤੇ 1 ਲੱਖ ਰੁਪਇਆ ਖਰਚ ਹੁੰਦਾ ਹੈ, ਜੋ ਘਰ ਦਾ ਜ਼ਰੂਰਤ ਦਾ ਸਮਾਨ ਦੇਈਦਾ ਹੈ। ਇਹਦੇ ਨਾਲ ਮੈਡੀਕਲ ਕੈਂਪ, ਅੱਖਾਂ ਦਾ ਕੈਂਪ ਅਤੇ ਨਾਲ ਜੋ ਦੋ ਵਿਦਿਆਲੇ ਚੱਲਦੇ ਨੇ, ਇੱਕ ਸ੍ਰੀ ਗੁਰੂ ਹਰਿ ਰਾਏ ਜੀ ਗੁਰਮਤ ਸੰਗੀਤ ਵਿਦਿਆਲਾ, ਇੱਕ ਇੱਥੇ ਕੀਰਤਪੁਰ ਸਾਹਿਬ ਸ੍ਰੀ ਗੁਰੂ ਹਰਿ ਰਾਏ ਜੀ ਗੁਰਮਤ ਸੰਗੀਤ ਅਕੈਡਮੀ, ਦੋਨੋਂ ਫਰੀ ਚੱਲਦੇ ਨੇ। ਅਤੇ ਦਾਸ ਨੇ ਪਹਿਲਾਂ ਵੀ ਕਿਹਾ ਖਰਚੇ ਬੜੇ ਵੱਡੇ ਨੇ, 1.5 ਲੱਖ ਰੁਪਇਆ ਮਹੀਨੇ ਦਾ ਖਰਚਾ, ਸਾਲ ਦਾ 18 ਲੱਖ ਰੁਪਇਆ ਖਰਚਾ, ਜਿਹੜੇ ਵਿਆਹ ਹੁੰਦੇ ਨੇ 30-35 ਲੱਖ ਰੁਪਇਆ ਉਹਨਾਂ ਦਾ ਖਰਚਾ ਵੱਖਰਾ, ਜਿਹੜਾ ਹੁਣ ਕੈਂਪ ਲੱਗਣਾ 4-5 ਲੱਖ ਰੁਪਇਆ, 7 ਫਰਵਰੀ ਨੂੰ ਅੱਖਾਂ ਦਾ ਕੈਂਪ ਹੈ ਉਹਦਾ ਖਰਚਾ, ਉਸ ਤੋਂ ਬਾਅਦ ਜਿਹੜੇ ਵਿਆਹ ਹੁੰਦੇ ਨੇ ਇਹਨਾਂ ਦੇ ਖਰਚੇ ਵੱਖਰੇ। ਕੁੱਲ ਮਿਲਾ ਕੇ ਜੇ ਸਾਰਾ ਕੁਝ ਆਪਾਂ ਕਰਦੇ ਹਾਂ, ਗੁਰੂ ਸੇਵਾ ਲੈਂਦਾ, 60-65 ਲੱਖ ਰੁਪਇਆ ਸਾਲ ਦਾ ਖਰਚਾ ਹੁੰਦਾ। ਇਹ ਕਰਾਮਾਤ ਹੀ ਹੈ ਗੁਰੂ ਦੀ, ਜੋ ਗੁਰੂ ਦੀ ਕਿਰਪਾ ਦੇ ਨਾਲ ਆਪ ਸੰਗਤਾਂ ਦੀ ਦਿੱਤੀ ਹੋਈ ਮਾਇਆ ਨਾਲ ਇਹ ਸਾਰੇ ਕਾਰਜ ਹੁੰਦੇ ਨੇ। ਅਸੀਂ ਸਾਸਮਿਤ ਕਿੱਥੋਂ ਕਰਨਾ, ਸਾਡਾ ਤਾਂ ਨਾਮ ਹੈ ਕਿ ਭਾਈ ਬਲਵਿੰਦਰ ਸਿੰਘ ਰੰਗੀਲਾ ਕਰਦੇ ਨੇ, ਅਸੀਂ ਕੀ ਕਰਨਾ ਸਾਧਸੰਗਤ। ਗੁਰੂ ਦੇ ਕੰਮ ਨੇ, ਗੁਰੂ ਆਪ ਹੀ ਸੰਗਤਾਂ 'ਚ ਵਰਤ ਕੇ ਕਰਾਉਂਦਾ ਹੈ। ਆ ਹੁਣ ਇਹ ਸ਼ਬਦ ਆਪਾਂ ਪੜ੍ਹ ਕੇ ਸਮਾਪਤੀ ਕਰਾਂਗੇ। ਅਕਾਲ ਮਲਟੀਮੀਡੀਆ ਦੇ ਵੀਰਾਂ ਦਾ ਧੰਨਵਾਦ ਹੈ ਜੋ ਉਚੇਚੇ ਆਏ ਨੇ ਸਾਡੇ ਕੋਲ, ਇੱਥੇ ਰਿਕਾਰਡਿੰਗ ਕਰ ਰਹੇ ਨੇ, ਆਪ ਸੰਗਤਾਂ ਨੂੰ ਦਿਖਾਉਣਗੇ, ਬਹੁਤ ਬਹੁਤ ਧੰਨਵਾਦ ਉਹਨਾਂ ਦਾ। ਔਰ 2 ਫਰਵਰੀ ਐਤਵਾਰ ਸ਼ਾਮ 6 ਵਜੇ ਅਕਾਲ ਮਲਟੀਮੀਡੀਆ .com ਤੇ ਆਪ ਜੀ ਇੰਟਰਨੈਟ 'ਤੇ ਦੇਖ ਸਕਦੇ ਹੋ। ਔਰ ਨਾਲ ਵੀਡੀਓ ਵਾਲੇ ਵੀਰ ਦਾ ਵੀ ਧੰਨਵਾਦ ਹੈ, ਸਮੂਹ ਸੰਗਤਾਂ ਦਾ, ਨਗਰ ਨਿਵਾਸੀਆਂ ਦਾ, ਜਿਹੜੇ ਸਾਰੇ ਵੀਰ ਬਾਜ਼ਾਰ ਵਾਲੇ ਵੀ, ਆਸੇ ਪਾਸੇ ਹੋਰ ਸਭਾ ਸੁਸਾਇਟੀਆਂ ਦਾ ਬਹੁਤ ਬਹੁਤ ਧੰਨਵਾਦ। ਚੰਡੀਗੜ੍ਹ ਤੋਂ ਆਏ ਹੋਏ ਸਾਰੇ ਵੀਰਾਂ ਦਾ, ਸਰਦਾਰ ਅਵਤਾਰ ਸਿੰਘ, ਸੁਭਾ ਸਿੰਘ ਜੀ, ਬਲਜਿੰਦਰ ਸਿੰਘ ਜੀ, ਦੋ ਨੇ, ਇੱਕ ਬਲਜਿੰਦਰ ਸਿੰਘ ਜੀ,
ਔਰ ਜਥੇਦਾਰ ਬਲਜਿੰਦਰ ਸਿੰਘ ਤੱਕੀਪੁਰ, ਸੁਖਜਿੰਦਰ ਸਿੰਘ ਸ਼ਰਦ ਅਤੇ ਜਿਹੜੇ ਸਾਡੇ ਇੱਥੇ ਹੋਰ ਵੀ ਸੇਵਾਦਾਰ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਸਤਰੀ ਸਤਸੰਗ ਸਭਾ ਦੀ ਬੀਬੀਆਂ ਦਾ ਕੋਈ ਰਹਿ ਗਿਆ ਹੋਵੇ ਤੇ ਖਿਮਾ ਮੰਗਦੇ ਹਾਂ ਕਿ ਇਹਦਾ ਨਾਮ ਰਹਿ ਜਾਏ, ਕਿਉਂਕਿ ਸਾਰੇ ਨਾਮ ਕਈ ਵਾਰੀ ਇੱਕਦਮ ਧਿਆਨ ਵਿੱਚ ਵੀ ਨਹੀਂ ਆਉਂਦੇ। ਖਿਮਾ ਚਾਹਵਾਂਗੇ। ਧੰਨਵਾਦ ਸਾਰਿਆਂ ਦਾ। ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣਾ ਤਾਂ ਜੋ ਇਹ ਸੇਵਾਵਾਂ ਚੱਲਦੀਆਂ ਰਹਿਣ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਸੇ ਪੀ ਸੱਚ ਨਿਰਮਾਣਿਓ ਕੇ ਮਾਣ ਗੁਰੂ ਉਠਿਓ ਕੀਓ ਨਿਆਸਰਿਓ ਕੇ ਆਸਰਾ ਆਨੰਦ ਗੁਣੀ ਨਿਧਾਨ ਗੁਰੂ ਗਰੀ ਸ਼ਬਦ ਸ਼ੁਰੂ ਕਰਨ ਤੋਂ ਪਹਿਲਾਂ 2 ਮਿੰਟ ਇੱਕ ਬਚਨ ਕਰਨਾ। ਜਿਸ ਵੇਲੇ ਗੁਰੂ ਹਰਿਰਾਜ ਸਾਹਿਬ ਪਿਤਾ ਕੀਰਤਪੁਰ ਸਾਹਿਬ ਤੋਂ ਚੱਲ ਕੇ ਜਲੰਧਰ ਦੇ ਕੋਲ ਇੱਕ ਸ਼ਹਿਰ ਹੈ ਕਰਤਾਰਪੁਰ, ਜਿਸ ਵੇਲੇ ਗੁਰੂ ਹਰਿਰਾਜ ਸਾਹਿਬ ਕਰਤਾਰਪੁਰ ਪਹੁੰਚੇ ਬੜੀ ਸੰਗਤ ਆਈ ਔਰ ਕਰਤਾਰਪੁਰ ਹੀ ਰਹਿੰਦੇ ਸਨ ਧੀਰਮਲ ਹੈ ਨੇ ਭਰਾ ਪਰ ਵਿਰੋਧੀ ਨੇ, ਆਖੋ ਸਤਨਾਮ ਧੀਰਮਲ ਚਾਹੁੰਦੇ ਸਨ ਕਿ ਮੈਂ ਗੁਰੂ ਬਣਾ ਮੇਰੀ ਪੂਜਾ ਹੋਵੇ, ਇਸ ਵਾਸਤੇ ਗੁਰੂ ਹਰਿਰਾਜ ਸਾਹਿਬ ਦੀ ਵੀ ਉਹ ਵਿਰੋਧਤਾ ਕਰਦੇ ਸਨ। ਜਿਵੇਂ ਹੁਣ ਆਪ ਆਏ ਹੋ, ਬੜੀਆਂ ਸੰਗਤਾਂ ਆਈਆਂ, ਇੱਕ ਤੇ ਚਿਹਰਾ ਨੂਰੀ ਨੂਰ ਗੁਰੂ ਹਰਿਰਾਜ ਸਾਹਿਬ ਜੀ ਦਾ, ਗੁਰੂ ਹਰਿਰਾਜ ਸਾਹਿਬ ਜੀ ਦੇ ਸੀਸ ਤੇ ਸੋਹਣੀ ਦਸਤਾਰ ਉੱਪਰ ਕਲਗੀ ਹੁੰਦੀ ਹੈ, ਰੇਸ਼ਮੀ ਬਸਤਰ, ਸੋਹਣਾ ਦਾੜਾ, ਨੂਰੀ ਨੂਰ ਚਿਹਰਾ, ਅੱਖਾਂ ਵਿੱਚ ਅੰਮ੍ਰਿਤ ਵਰਸਦਾ ਹੈ ਗੁਰੂ ਹਰਿਰਾਜ ਸਾਹਿਬ ਜੀ ਦੇ, ਜਿਹਦੇ ਵੱਲ ਉਹ ਤੱਕਦੇ ਨੇ ਉਹਦਾ ਜਨਮ ਮਰਨ ਸੌਰ ਜਾਂਦਾ। ਇਤਨੀ ਪਿਆਰੀ ਸੂਰਤ ਗੁਰੂ ਹਰਿਰਾਜ ਸਾਹਿਬ ਪਿਤਾ ਜੀ, ਸੰਗਤਾਂ ਦਰਸ਼ਨ ਕਰ ਕਰਕੇ ਗਦ ਗਦ ਹੋ ਰਹੀਆਂ ਨੇ, ਬੈਠਾ ਏ ਸਤਵਾਂ ਗੁਰੂ ਨਾਨਕ ਗੁਰੂ ਹਰਿਰਾਜ ਸਾਹਿਬ। ਧੀਰਮਲ ਨੂੰ ਪਤਾ ਲੱਗਾ ਬੜੀ ਸੰਗਤ ਜਾ ਰਹੀ ਹੈ ਗੁਰੂ ਹਰਿਰਾਜ ਸਾਹਿਬ ਦੇ ਦਰਸ਼ਨ ਕਰ, ਜੇ ਤੇ ਗੁਰੂ ਹਰਿਰਾਜ ਸਾਹਿਬ ਦੀ ਪੂਜਾ ਹੋਣ ਲੱਗ ਪਈ ਤੇ ਮੈਨੂੰ ਕਿਸੇ ਨੇ ਨਹੀਂ ਪੁੱਛਣਾ। ਉਹਨਾਂ ਦਿਨਾਂ ਵਿੱਚ ਇੱਕ ਪੰਡਿਤ ਜਿਹਦਾ ਜਵਾਨ ਪੁੱਤਰ ਮਰ ਗਿਆ ਉਹ ਧੀਰਮਲ ਦੇ ਕੋਲ ਗਿਆ, ਕਿਉਂਕਿ ਧੀਰਮਲ ਇਹ ਕਹਿੰਦਾ ਸੀ ਮੇਰੇ ਵਰਗਾ ਕੋਈ ਨਹੀਂ, ਮੇਰੇ ਚ ਬੜੀਆਂ ਸ਼ਕਤੀਆਂ। ਤੇ ਪੰਡਿਤ ਨੇ ਧੀਰਮਲ ਨੂੰ ਜਾ ਕੇ ਕਿਹਾ ਬਾਬਾ ਜੀ ਮੇਰਾ ਪੁੱਤਰ ਮਰ ਗਿਆ, ਜਿਉਂਦਾ ਕਰ ਦੇ। ਨਾਮ ਰੱਖਣ ਨਾਲ ਬੰਦਾ ਵੱਡਾ ਨਹੀਂ ਹੋ ਜਾਂਦਾ। ਹੁਣ ਧੀਰਮਲ ਵਿੱਚ ਸ਼ਕਤੀ ਕਿਤੇ ਕੋਈ ਵੀ ਨਹੀਂ,
हाँ गुरु परिवार नाल संबंध इस करके कहते सन कि मैं गुरु तो घट नहीं आखो सतनाम। ते धीरमल ने एक चाल चली कह लगा पुत्र ते मैं जिंदा कर देना सी तेरा कर नहीं सकते आखो सतनाम क्योंकि झूठा बंदा अपनी इज्जत भी बचाता। बाबा धीरमल कहन लगे पुत्र ते मैं तेरा जिंदा कर देना सी पर इत्थे गुरु हर राय साहब आए हुए ने अपने आप में बड़े करामाती दस रहे हैं ओ तेरा पुत्र जिंदा कर दे उन्ना को ले जा जो ना ना कीता मैं ते बैठे ही हूं आखो सतनाम सी दोनों गल्लां उन्ना ना कीता मैं ते बैठे ही ते मन विच की सोचिया जे पुत्र ना जिंदा कर सके गुरु हर राय साहिब ते रौला पवा देंगा कि कोई शक्ति है ही नहीं आखो सतनाम कादा गुरु है जो जिंदा कर दिता फिर कह देंगे तो करामातां दिखांदे आखो सतनाम क्योंकि जिन्हें बुरा करना होंदा ना दोनों पासियों घेरदा हुण ये जिहड़ा पंडित है अपने मरे हुए नौजवान पुत्र की लोथ लैके इस सतवें गुरु नानक गुरु हर राय साहब पिता के दरबार पहुंचे जवान पुत्र रोंदा है दिलों हूक उठती है क्योंकि पुत्र मरिया हो रो रो के बेनतियां करता है दाता मेरा पुत्र मर गया बख्श तू बख्शनहार है। ते गुरु हर राय साहब समझ गए ये धीरमल दा भेजिया होया आखो सतनाम इहदा दुख भी सच्चा है इहदा रोना भी सच्चा है पर धीरमल ने शरारत नाल भेजिया है पर आया है गुरु नानक दे घर है ते जिहड़ा गुरु नानक दे घर आवे गुरु नानक उहदी लाज रखदा है संगत बैठी है ते गुरु हर राय साहब कहण लगे भाई ये पंडित बड़ा रो रहा है इहदा जवान पुत्र चला गया हुण इह गुरु नानक दे दर आए तू खाली भी ना जा है कोई ऐसा सिख जिहड़ा इहदे पुत्र दे बदले अपनी जान देवे आखो सतनाम है कोई त्यागी जिहड़ा अपना शरीर त्यागे इहदे वास्ते संगत विच उठिया भाई जीवन आखो सतनाम भाई जीवन उठिया बोलिया कुछ नहीं संगत च उठिया गुरु हर राय साहब जी दे सामने आके खलो गया हथ जोड़ ले अखां भर आईयां ते मन विच वैराग है मन विच अरदास कीती बोलिया नहीं कहन लगा मन विच कहंदा दाता मेरी जान हाजिर है आखो सतनाम मेरी जान हाजिर इहनूं इहदा पुत्र दे दिया पहला मन विच किया फिर हाथ जोड़ के उची बोलिया दाता इहदे पुत्र बदले मेरी जान हाजिर है आखो सतनाम ਇਹ ਤੇਰੇ ਦਰ ਤੋਂ ਖਾਲੀ ਨਾ ਜਾਵੇ ਕਿਉਂਕਿ ਜਿਹੜਾ ਗੁਰੂ ਨਾਨਕ ਦੇ ਦਰ ਤੇ ਆਇਆ ਏ ਉਹ ਕਦੀ ਖਾਲੀ ਨਹੀਂ ਗਿਆ ਫਿਰ ਦਾਤਾ ਇਹ ਕਿਉਂ ਜਾਵੇ ਤੇਰੇ ਦਰ ਤੋਂ ਇਹ ਸਰੀਰ ਕੀ ਹੈ ਕੁਝ ਵੀ ਨਹੀਂ ਇੱਕ ਦਿਨ ਮਰਨਾ ਹੈ ਜੇ ਤੇਰੇ ਬਚਨਾਂ ਨੂੰ ਮੰਨ ਕੇ ਮੈਂ ਸਰੀਰ ਤਿਆਗ ਦਿੱਤਾ ਦਾਤਾ ਤੇ ਤੇਰੇ ਚਰਨਾਂ ਵਿੱਚ ਹੀ ਥਾਂ ਮਿਲੇਗੀ ਇਹ ਮੇਰੀ ਸੇਵਾ ਇਹ ਭੇਟਾ ਪ੍ਰਵਾਨ ਕਰਨੀ ਇਹਨੂੰ ਕਹਿ ਕੇ ਮੱਥਾ ਟੇਕਿਆ ਤੇ ਭਾਈ ਜੀਵਨ ਗੁਰੂ ਦਰਬਾਰ ਵਿੱਚ ਬਾਹਰ ਨਿਕਲਿਆ ਖੇਤਾਂ ਦੇ ਕੋਲ ਚਲਾ ਗਿਆ ਇੱਕ ਚਾਦਰ ਲਈ ਉੱਪਰ ਲੈ ਲਈ ਚਾਦਰ ਉੱਪਰ ਲੈ ਕੇ ਅੱਖਾਂ ਬੰਦ ਕਰਕੇ ਕਹਿਣ ਲੱਗਾ ਲੈ ਦਾਤਿਆ ਇਸ ਸਰੀਰ ਦੀ ਭੇਟਾ ਨੂੰ ਪ੍ਰਵਾਨ ਕਰ ਲਈ वैसे भी तेरा ही दिता होया है तेनू की अर्पां की देना तेनू
जब कोई कोरी सारे मेरा मुझ में किछ नहीं जो किछ है सो तेरा शरीर भी तेरा प्राण भी तेरे ते मैं तेनु दया की तेरा ही है तेरे अग्गे है परवान कर नहीं यूं कह के अखां बंद कीतियां ते शरीर त्याग दिता एदू शरीर विच प्राण निकले उधर भरे दरबार पंडित दा मरिया होया पुत्र उठ के बह गया पुत्र जिंदा होया वो पंडित जेड़ा पहला दुख विच रोंदा सी हुण शुक्र विच रोंदा है पुत्र नूं कहंदा उठ बेटा टेक मत्था गुरु हराए पिता नूं जिदे करके तेनूं जीवन मिलिया है मत्था टेकिया संगतां जय जयकार करदियां ने सतगुर हुण पंडित नूं कहण लगे लै भाई तेरी झोली गुरु नानक ने भर दित्ती तेनूं तेरा पुत्र मिलिया कह के सतगुर हुण संगतां दे नाल खेतां वल चल पए आखो सतनाम खेतां च पहुंचे जिथे भाई जीवन सिर ते पैरां तो लैके सिर तक चादर लैके लम्मा पिया होया सी शरीर त्याग चुका है देखो मेरे गुरु हर रह सो पिता नूं कोल जाके बह गए ने थले ही भाई जीवन दे सिर वल बह गए चौंकड़ा मार के आप सिर तो चादर लाई ते कहन लगे तन सिखी तन सिदक भाई जीवन तेरा ना ही जीवन तू मरिया नहीं आखो सतना तू हमेशा जिंदा है तेनू गुरु नानक दे चरणा विच थां मिली है जितनी संगत बैठी है इस वेले जिन्नी सुन रही है सारिया नू बेनती है थक गए हो ते कोई गल नहीं दो मिनट चौंकड़ी मार लो चौंकड़ियां मारो दो मिनट वास्ते हथ जोड़ो ते गुरु ग्रंथ साहब जी विचों करो दर्शन सतवें पातशाह गुरु हर राय साहब जी दे जो बख्शिश गुरु हर राय साहब हुण करन लगे ने क्योंकि मंगण दा वेला उही होंदा जिस वेले मन वैरागी होवे दुनिया दियां दातां मंगो उदू पावे दाती नूं मंग लो ये मंगण वाले ते है उहने की मंगणा असी सारे संसारियां घर परिवार वाले कोई ना कोई इच्छा तो है कोई धी पुत्र मंगता है कोई धी पुत्रां दे संजोग चाहता है कोई कम कर चाहता है कोई देह रोगता चाहता है जो भी मन की इच्छा हुण मन विच लै कोई अमृत दी दात कोई नाम दी दात कोई अमृत वेला मंगो कोई मंगो गुरु तेरे राह ते चलदे रहिए विकारां तों बुरियां कम्मां तों हट जाइए सेवा सिमरन च लगी गुरु हर राय साहब पिता भाई जीवन दे सिर तू चादर चुक के मुस्कुरा के कहंदे जीवन तेरा ना ही जीवन है तू कदी मरिया नहीं तू गुरु नानक दे चरणा विच निवास पाया है ए जड़ा त्याग अज तू कीता है ना ए दा फल तेनू हुण असी ए देवांगे तेरा पुत्र है संत दास आखो सतनाम गुरु हर राय साहब ने नाम रखिया सी संत दास कहन लगे तेरा जेड़ा पुत्र है संत दास ये वड्डा होवेगा तेरी वंश वधेगी तेरे इस त्याग दा साडे एक बचन दा तू इतना मान रखे अपना शरीर त्याग दिता एदा फल तेनू ये मिलेगा ओ तेरी जड़ी औलाद है ना संत दास एदी अगू जड़ी औलाद होवेगी ए राजे महाराजे कहलाएगी आखो सतनाम ते संत दास दी अगू जड़ी औलाद सी ओदे विच होए महाराजा उदय सिंह ए कैथल दे राजे सन आखो सतनाम कैथल दा महाराजा भाई उदय सिंह जेड़ा कैथल हुण हरियाणे विच है और महाकवि भाई संतोख सिंह ने
ਜਿਹੜਾ ਸਾਰਾ ਸਿੱਖ ਇਤਿਹਾਸ ਲਿਖਿਆ ਨਾ ਗ੍ਰੰਥ ਵਿੱਚ ਸੂਰਜ ਪ੍ਰਕਾਸ਼ ਵਿੱਚ, ਇਹਦੀ ਸਾਰੀ ਸੇਵਾ ਮਹਾਰਾਜਾ ਉਦੇ ਸਿੰਘ ਨੇ ਕੀਤੀ। ਆਖੋ ਸਤਿਨਾਮ ਸਤਸੰਗ, ਐਸਾ ਗੁਰੂ ਹਰ ਰਾਏ ਸਾਹਿਬ, ਇਤਨੀ ਰਹਿਮਤ ਕਰ ਦਿੱਤੀ, ਕਹਿਣ ਲੱਗੇ ਜਾ ਤੇਰੀ ਔਲਾਦ ਰਾਜੇ ਮਹਾਰਾਜੇ ਕਹਿਲਾਏਗੀ। ਆਓ ਅੱਜ ਆਪਾਂ ਵੀ ਅਰਦਾਸ ਕਰੀਏ, ਦਾਤਾ ਕਰ ਕਿਰਪਾ ਸਾਡੇ ਤੇ ਵੀ, ਅਸੀਂ ਵੀ ਬੜੀ ਆਸ ਨਾਲ ਆਏ ਹਾਂ, ਚੰਗੇ ਆ ਮਾੜੇ ਆ ਜੈਸੇ ਵੀ ਹਾਂ ਤਾਂ ਤੇਰੇ, ਕਰ ਕਿਰਪਾ ਸਾਡੇ ਵੱਲ ਨਾ ਦੇਖ। ਆਪਣੇ ਸੇਵਕ ਭਾਈ ਜੀਵਨ ਸਿੰਘ ਦੇ ਸਦਕਾ ਹੀ ਸਾਡੇ ਤੇ ਵੀ ਮਿਹਰਾਂ ਕਰ, ਕਿਉਂਕਿ ਸਤਿਗੁਰਾਂ ਦੀ ਬਾਣੀ ਹੈ, ਜਿਵੇਂ ਕਿਸੇ ਨੂੰ ਕੋਈ ਕੰਮ ਕਹੀਏ ਉਹ ਨਾ ਮੰਨੇ ਨਾ, ਫਿਰ ਉਹਨੂੰ ਲੈ ਕੇ ਜਾਂਦੇ ਹਾਂ ਜਿਹਦਾ ਉਹ ਕਹਿਣਾ ਮੰਨਦਾ ਹੋਵੇ। ਚੱਲ ਯਾਰ ਸਾਡੇ ਵੱਲ ਨਾ ਦੇਖ, ਇਹਦੇ ਕਰਕੇ ਹੀ ਸਾਡਾ ਕੰਮ ਕਰਦੇ। ਤਾਂ ਸਤਿਗੁਰਾਂ ਬਾਣੀ ਵਿੱਚ ਵੀ ਕਿਹਾ, ਰਾਖ ਸੰਤਨ ਕੇ ਪਾਛੇ, ਆਪਣੇ ਪਿਆਰਿਆਂ ਦੇ ਸਦਕਾ ਹੀ ਸਾਡੇ ਤੇ ਮਿਹਰ ਕਰ। ਆਓ ਫਿਰ ਸਾਰੇ ਕਰੋ ਅਰਦਾਸ, ਗੁਰੂ ਜੈਸਾ ਨਾ ਹੀ ਕੋ ਦੇਵ, ਸਾਰੇ ਹੀ ਚੰਗੇ ਨੇ ਪਰਦਾਦਾ ਤੇਰੇ ਵਰਗਾ ਕੋਈ ਨਹੀਂ, ਤੇ ਭਾਈ ਜੀਵਨ ਦੇ ਸਦਕਾ ਹੀ ਸਹੀ ਸਾਡੀਆਂ ਵੀ ਝੋਲੀਆਂ ਭਰਦੇ। ਆਓ 5 ਮਿੰਟ ਦਾ ਸ਼ਬਦ ਪੜ੍ਹਨਾ ਆਪਾਂ, ਤੇ ਨਾਲ ਜੋ ਵੀ ਮਨ ਵਿੱਚ ਕੋਈ ਇੱਛਾ ਹੈ ਪੁਕਾਰੋ ਗੁਰੂ ਹਰ ਰਾਏ ਸਾਹਿਬ ਜੀ ਨੂੰ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਾਡੇ ਕੋਲ ਹਨ। ਗੁਰ ਜੈਸਾ ਨਾਹੀ ਕੋ ਦੇ, ਗੁਰ ਜੈਸਾ ਨਾਹੀ ਕੋ ਦੇ, ਗੁਰ ਜੈਸਾ ਗੁਰ ਜੈ ਜਪੜੀ, ਗੁਰ ਜੈਸਾ ਨਾਹੀ ਕੋ ਦੇ, ਗੁਰ ਜੈਸਾ ਜਿਸ ਮਸਤਕ ਭਾਗ ਸੋਲਾਗਾ ਸੇ, ਜਿਸ ਮਸਤਕ ਭਾਗ ਸੋਲਾਗਾ ਸੇ, ਗੁਰ ਜੈਸਾ ਨਾਹੀ ਕੋ ਦੇ, ਗੁਰ ਜੈਸਾ ਨਾਹੀ ਕੋ ਦੇ, ਗੁਰ ਜੈਸਾ ਸਤਿਗੁਰ ਮੇਰਾ ਪ੍ਰੇਮ ਤਾਜ, ਸਤਿਗੁਰ ਮੇਰੇ ਸੱਚਾ ਸਾਜ, ਸਤਿਗੁਰ ਮੇਰਾ ਸਰਬ ਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਧਾਤਾ, ਸਤਿਗੁਰੂ ਮੇਰਾ ਸਭ ਸਿਖਾ ਦਾਤਾ, ਸਤਿਗੁਰੂ ਮੇਰਾ ਪੁਰਖ ਵਿਧਾਤਾ, ਸਤਿਗੁਰੂ ਮੇਰਾ ਪੁਰਖ ਵਿਧਾਤਾ, ਗੁਰ ਜੈਸਾ ਨਾਹੀ ਕੋ ਦੇ, ਗੁਰ ਜੈਸਾ, ਗੁਰ ਜੈਸਾ ਨਾਹੀ ਕੋ ਪਾਈ ਹੈ ਸਭਨੀ ਥਾਈ ਪ੍ਰਗਟ
जाए गुरु जैसा नाही कोई गुरु जैसा नाही को सतगुरु मेरा तान निदान सतगुरु मेरा कर दीवान सतगुरु के हो सत बल जाया प्रगट मार्ग जिन कर दिखलाया प्रगट मार्ग जिस मस्तक भाग सोलागा से जिस मस्तक भाग सोलागा से गुरु जैसा नाही को दे गुरु जैसा नाही को दे गुरु इतनी सेवा प्रवान करनी आओ हुण आनंद सौदा पाठ करके अरदास विच हाजरियां लगवाइए बाद पढ़ लो हुक्मनामे तो बाद वाहे गुरु वाहे गुरु वाहे गुरु वाहे गुरु जप जी सतनाम जी वाहे गुरु वाहे गुरु वाहे गुरु जी
ਉਸ ਵੇਲੇ ਬੈਠੇ ਹੋ ਜਿਹੜਾ ਅਸਲੀ ਵੇਲਾ ਗੁਰੂ ਸਾਹਿਬਾਨ ਦੇ ਅਵਤਾਰ ਲੈਣ ਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। 12 ਵਜੇ ਤੋਂ ਬਾਅਦ ਅੰਮ੍ਰਿਤ ਵੇਲਾ ਵੀ ਮੰਨਿਆ ਜਾਂਦਾ। ਰਹਿਣ ਸਬਾਈ ਵੀ ਮੁਬਾਰਕ ਆਪ ਜੀ ਨੂੰ ਔਰ ਸਤਿਗੁਰਾਂ ਦੇ ਪ੍ਰਕਾਸ਼ ਦਾ ਸਮਾਂ ਵੀ ਮੁਬਾਰਕ। ਅਗਰ ਆਪਾਂ 12 ਵਜੇ ਹੀ ਚਲੇ ਜਾਂਦੇ ਤੇ ਪ੍ਰਕਾਸ਼ ਦਾ ਸਮਾਂ ਵੀ ਸਾਡੇ ਕੋਲੋਂ ਰਹਿ ਜਾਣਾ ਸੀ। ਦਾਤਾ ਆਪੇ ਹੀ ਮਿਹਰਬਾਨ ਹੋ ਗਿਆ, ਆਪੇ ਹੀ ਕਿਰਪਾ ਕਰ ਦਿੱਤੀ, ਆਪੇ ਹੀ ਉਹਨੇ ਵਿਧ ਬਣਾ ਦਿੱਤੀ ਐਸੀ ਕਿ ਗੁਰਸਿੱਖੋ ਜੇ ਬੈਠੇ ਹੋ ਮੇਰੀ ਯਾਦ ਵਿੱਚ ਤੇ ਉਸ ਵੇਲੇ ਤੱਕ ਜ਼ਰੂਰ ਬੈਠੋ ਜਿਹੜਾ ਬੇਟਾ ਵੇਲਾ ਸਾਡੇ ਪ੍ਰਕਾਸ਼ ਦਾ ਹੈ। ਆਪੇ ਹੀ ਸਤਿਗੁਰ ਨੇ ਵਿਧ ਬਣਾਈ, ਉਸ ਨੂੰ ਸਾਨੂੰ ਦੇ ਦਿੱਤਾ ਤੇ ਪ੍ਰਕਾਸ਼ ਦਾ ਵੇਲਾ ਇਸੇ ਵੇਲੇ ਹੀ ਹੁਣ ਆਤਿਸ਼ਬਾਜ਼ੀ ਵੀ ਹੋਣੀ ਹੈ, ਸਾਰਾ ਕੁਝ ਹੀ ਹੋ ਗਿਆ ਸਤਸੰਗ ਗੁਰੂ ਹਰਿ ਰਾਇ ਸਾਹਿਬ ਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰੇ, ਸਾਡੇ ਸਾਰਿਆਂ ਦੀਆਂ ਚੋਰੀਆਂ ਭਰੇ, ਗੁਨਾਹ ਮਾਫ ਕਰੇ ਔਰ ਆਪਣੇ ਚਰਨਾਂ ਨਾਲ ਇਸੇ ਤਰ੍ਹਾਂ ਜੋੜੀ ਰੱਖੇ। ਆਓ ਹੁਣ ਨਾ ਸੋਧ ਪਾਠ ਕਰੀਏ। ਰਾਮ ਕਲੀ ਮਹੱਲਾ ਤੀਜਾ, ਆਨੰਦ ਕੇ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਕਾ ਪਾਇਆ ਸਹਿਜ ਸਿੱਧੀ ਮਨ ਜਿਆ ਰਾਗਰਤਨ ਪਰਿਵਾਰ ਪਰੀਆਂ ਸ਼ਬਦ ਕਮਨੇ ਆਈਆਂ, ਸਬਦੋ ਤਗਾਉ ਹਰ ਕੇ ਰਮਨ ਜਿਨੇ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰੋਹਰ ਨਾਲ, ਹਰ ਨਾਲ ਰਤੋ ਮਨ ਮੇਰੇ ਦੋਖ ਸਭ ਸਾਰਣਾ, ਅੰਗੀ ਕਰੋ ਕਰ ਤੇਰਾ ਕਰ ਸਭ ਸਵਾਰ, ਸਭਨਾ ਗਲਾ ਸਮਰਥ ਸਵਾਮੀ ਸੋ ਕੇ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰੋਹਰ ਨਾਲ, ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹੇ, ਕਰਤਾ ਤੇਰੇ ਸਭ ਕੁਝ ਹੈ ਜਿਸ ਦੇ ਸੁਭਾਵੇ, ਸਦਾ ਸੁਸਲਾ ਤੇਰੇ ਨਾਮ ਮਨ ਵਸਾਵੇ, ਨਾਮ ਜਿਲ ਕੇ ਮਨ ਵਸਿਆ ਵਾਜੇ ਸ਼ਬਦ ਕਨੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰੇ, ਸੱਚ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ ਜਿਤ ਭੁੱਖਾ ਸਭ ਕਰ ਸੰਤ ਸੁਖਮਨ ਅਵਸਿਆ ਜਿਨ ਨਿਚਾ ਸਭ ਪੁਜਾਈਆਂ, ਸਦਾ ਗੁਰਬਾਣੀ ਕਾ ਗੁਰ ਬੇਟੋ ਜਿਸ ਦੀ ਆਏ ਬਣਿਆਈਆਂ, ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸੱਚ ਨਾਮ ਮੇਰਾ ਆਧਾਰੋ ਵਾਲੇ, ਪੰਜ ਸ਼ਬਦ ਗਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਲੇ, ਪੰਚ ਤੂੰ ਤੁਦਵਸ ਕੀਤੇ ਕਾਲ ਕੰਡ ਮਾਰਿਆ, ਕਰਮ ਪਾਇਆ ਤੂੰ ਜਿਲ ਕੋ ਸੇ ਨਾਮ ਅੱਗੇ ਲਾਗੇ, ਕਹਿ ਨਾਨਕ ਤੈ ਸੁਖੋ ਅਤਿ ਕਰ ਅਨੰਦ ਵਾਜੇ, ਅਨੰਦ ਸੁਨੋ ਵਡ ਪਾਜੇ ਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਪੁੱਤਰੀ ਸਗਲੇ ਸੂਰੇ, ਤੂੰ ਪ੍ਰੋਗ ਸੰਤਾ ਵਿਉਦਰੇ ਸੋਹਣੀ ਸੱਚੀ ਬਾਣੀ, ਸੰਤ ਸਾਜਣ ਪੈ ਸਰਸੇ ਪੂਰੇ ਮਾਤਾ ਤਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੇ ਧਰ ਮਹਦੋਰ, ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾ, ਨਾਨਕ ਤੇ ਮੁਖ ਉਜਲੇ ਇਤਨੀ ਸੇਵਾ ਪ੍ਰਵਾਨ ਕਰਨੀ। ਅੰਤ ਵਿੱਚ ਫਿਰ ਆਪ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਇਸ ਵੇਲੇ ਤੱਕ ਸਜੇ ਹੋ ਔਰ ਸਮੂਹ ਨਗਰ ਨੇ